ਪ੍ਰਤਾਪ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਦਿੱਲੀ ਜੀ ਦੇ ਸਰਦਾਂ ਦੇ ਜੋ ਮੋਰਚਾ ਚੱਲ ਰਿਹਾ ਸਿੰਘੂ ਬਾਰਡਰ ਦੇ ਉੱਤੇ ਉਹ ਅੱਜ 115ਵੇਂ ਦਿਨ 'ਚ ਦਾਖਲ 116ਵੇਂ ਦਿਨ ਦੇ ਵਿੱਚ ਉਹ ਦਾਖਲ ਹੋ ਗਿਆ ਚੜ੍ਹਦੀ ਕਲਾ ਦਾ ਮੋਰਚਾ ਚੱਲ ਰਿਹਾ ਦੇਸ਼ ਦੇ 20-21 ਸੂਬਿਆਂ ਦੇ ਵਿੱਚ ਬੜੀ ਤੇਜ਼ੀ ਨਾਲ ਜਿਹੜੇ ਆ ਅੰਦੋਲਨ ਜਿਹੜਾ ਫੈਲ ਰਿਹਾ ਵਾ ਅਤੇ ਸਾਰੇ ਦੇਸ਼ ਦੇ ਵਿੱਚ ਜਨ ਜਨ ਦਾ ਅੰਦੋਲਨ ਬਣ ਰਿਹਾ ਪੂਰੇ ਵਰਲਡ ਦੇ ਵਿੱਚ ਇਸਦੀ ਇਸ ਨੂੰ ਸਪੋਰਟ ਮਿਲ ਰਹੀ ਆ ਅਤੇ ਅੰਦੋਲਨ ਬੜੀ ਕਾਮਯਾਬੀ ਨਾਲ ਚੱਲ ਰਿਹਾ ਜਿਹੜਾ ਹਰ ਹਾਲ 'ਚ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਅਤੇ MSP ਦਾ ਕਾਨੂੰਨ ਬਣਾਉਣ ਕਿ ਬਣਾ ਕੇ ਹੀ ਜਿਹੜਾ ਅੰਦੋਲਨ ਜਿਹੜਾ ਵਾ ਉਹ ਕਿਸੇ ਪਾਸੇ ਲੱਗੇਗਾ ਇਸ ਅੰਦੋਲਨ ਦੇ ਵਿੱਚ ਸਾਰੇ ਵਰਗਾਂ ਦਾ ਬਹੁਤ ਵੱਡਾ ਸਹਿਯੋਗ ਆ ਪੰਜਾਬ ਦੇ ਵਿੱਚ ਵੀ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਪੰਜਾਬ ਦੇ ਵਿੱਚ ਬੜੇ ਬੜੇ ਵੱਡੇ ਇਕੱਠ ਪਿਛਲੇ ਦਿਨਾਂ 'ਚ ਹੋਏ ਆ ਪੰਜਾਬ ਦੀ ਸਰਕਾਰ ਜਿਹੜੀ ਉਹ ਵੀ ਕੇਂਦਰ ਸਰਕਾਰ ਨਾਲ ਰਲੀ ਹੋਈ ਆ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕਰੋਨਾ ਦੁਬਾਰਾ ਕੱਢ ਕੇ ਜਿੰਨ ਜਿਹੜਾ ਬੋਤਲ ਦੇ ਵਿੱਚੋਂ ਕੱਢ ਕੇ ਲਿਆਈ ਆ ਪਿਛਲੇ ਜਦੋਂ ਕਿ ਕਰੋਨਾ ਜਿਹੜਾ ਵਾ ਉਹ ਕਰੋਨਾ ਨਾਂ ਦੀ ਕੋਈ ਬਿਮਾਰੀ ਨਹੀਂ ਇੱਕ ਆਮ ਵਾਇਰਸ ਆ 200 ਤਰ੍ਹਾਂ ਦਾ ਵਾਇਰਸ ਉਸੇ ਤਰ੍ਹਾਂ ਦਾ ਇੱਕ ਆਮ ਵਾਇਰਸ ਹੈ ਜਿਹੜਾ ਸਾਰੇ ਲੋਕਾਂ ਨੂੰ ਜਿਹੜਾ ਵਾ ਪਤਾ ਨਹੀਂ ਲੱਗਦਾ ਕਦੋਂ ਹੋ ਜਾਂਦਾ ਕਦੋਂ ਹਟ ਜਾਂਦਾ ਇਹ ਜਾਣ ਬੁੱਝ ਕੇ ਜਿਹੜੇ ਅੱਜ ਸਕੂਲ ਬੰਦ ਕੀਤੇ ਜਾ ਰਹੇ ਹਸਪਤਾਲ ਬੰਦ ਕੀਤੇ ਜਾ ਰਹੇ ਆ ਇਹਦੇ ਵਿੱਚ ਜਿਹੜੇ ਬਾਕੀ ਦਾਰੇ ਜਨਤਕ ਦਾਰੇ ਉਹ ਬੰਦ ਕੀਤੇ ਜਾ ਰਹੇ ਆ ਮਾਸਕ ਪਾਉਣ ਵਾਲੇ ਜੁਰਮਾਨੇ ਲਾਏ ਜਾ ਰਹੇ ਆ ਇਹ ਲੋਕਾਂ ਨੂੰ ਡਰਾਂ ਤੋਂ ਮਕਾ ਕੇ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਕੀਤਾ ਜਾ ਰਿਹਾ ਵੀ ਲੋਕ ਅੰਦੋਲਨ 'ਚ ਹਿੱਸਾ ਨਾ ਲੈ ਸਕਣ ਆਪਣੀ ਗੱਲ ਨਾ ਕਰ ਸਕਣ ਅਤੇ ਮੂੰਹ ਬੰਨ ਕੇ ਅੰਦਰ ਵੜ ਜਾਣ ਇਹ ਜਦੋਂ ਕਿ ਚੋਣਾਂ ਹੋ ਰਹੀਆਂ ਜਿਹੜੇ ਸੂਬਿਆਂ 'ਚ ਪੰਜਾਂ ਸੂਬਿਆਂ 'ਚ ਉੱਥੇ ਅਮਿਤ ਸ਼ਾਹ ਮੋਦੀ ਪ੍ਰਧਾਨ ਮੰਤਰੀ ਮੋਦੀ ਜੀ ਹੋਰ ਜਿਹੜੇ ਆਗੂ ਆ ਬੜੇ ਬੜੇ ਇਕੱਠ ਕਰ ਰਹੇ ਆ ਉੱਥੇ ਕੋਈ ਕਰੋਨਾ ਨਹੀਂ ਇਸੇ ਤਰ੍ਹਾਂ ਹੀ ਜਿੱਥੇ ਇਹਨਾਂ ਨੂੰ ਆਪਣੇ ਹਿੱਤ ਆ ਉੱਥੇ ਕੋਈ ਕਰੋਨਾ ਨਹੀਂ ਬਾਕੀ ਜਿੱਥੇ ਅੰਦੋਲਨ ਚੱਲ ਰਿਹਾ ਉੱਥੇ ਕਰੋਨਾ ਕੱਢ ਕੇ ਲਿਆ ਰਿਹਾ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹਾਂ ਵੀ ਕਿਸੇ ਨੂੰ ਵੀ ਮਾਸਕ ਪਾਉਣੇ ਨਾ ਨਹੀਂ ਮਾਸਕ ਪਾਇਆ ਉਹਨੂੰ ਜੁਰਮਾਨੇ ਪਾਉਣੇ ਬੰਦ ਕੀਤੇ ਜਾਣ ਉੱਥੇ ਪੁੱਛਦੇ ਕਰਾਓ ਕੀਤੇ ਜਾਣਗੇ ਕਿਸੇ ਨੂੰ ਜੁਰਮਾਨੇ ਪਾਉਣੇ ਦਿੱਤੇ ਜਾਣਗੇ ਇਸ ਤੋਂ ਇਲਾਵਾ ਜਿਹੜਾ ਫਰਦਾਂ ਮੰਡੀਆਂ ਦੇ ਵਿੱਚ FCI ਵੱਲੋਂ ਕੇਂਦਰ ਸਰਕਾਰ ਵੱਲੋਂ ਨਵੀਆਂ ਸ਼ਰਤਾਂ ਲਾਈਆਂ ਗਈਆਂ ਫਰਦਾਂ ਲੈਣ ਦੀ ਵੀ ਫਰਦ ਕਿਸਾਨ ਦੇਣ ਫਿਰ ਉਹਦੀ ਕਣਕ ਵਿਕੂਗੀ ਜੇ ਟੋਟਾ ਜਿਹੜਾ ਉਹ 4% ਤੋਂ 2% ਕਰਤਾ ਗਿਆ ਨਵੀਂ 14% ਤੋਂ 12% ਕਰਤੀ ਗਈ ਆ 4% ਤੋਂ ਜਿਹੜਾ ਘੱਟਾ ਮਿੱਟੀ ਸੀ ਉਹ 0% 'ਤੇ ਕਰਤਾ ਗਿਆ ਵਾ ਉਹ MSP ਰਾਹੀਂ ਜਿਹੜੀ ਕਣਕ ਦੀ ਖਰੀਦ ਆ ਉਹ ਬੰਦ ਕਰਨ ਦੀ ਤਿਆਰੀ MSP ਬੰਦ ਕਰਨ ਦੀ ਤਿਆਰੀ ਆ ਕੇਂਦਰ ਸਰਕਾਰ ਦੀ ਖੁੱਲ੍ਹੀ ਮੰਡੀ ਨਿੱਜੀਕਰਨ ਦੀ ਜਿਹੜੀ ਨੀਤੀ ਆ ਉਹਨੂੰ ਲਾਗੂ ਕਰਨ ਦੀ ਤਿਆਰੀ ਆ ਅਤੇ ਕਾਰਪੋਰੇਟ ਦੇ ਹੱਥ ਮੰਡੀ ਦੇਣ ਦੀ ਤਿਆਰੀ ਆ ਉਹਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ ਅਤੇ ਚੱਲ ਰਿਹਾ ਅੰਦੋਲਨ ਜਿਹੜਾ ਆੜ੍ਹਤੀ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਜਿਹੜਾ ਅੰਦੋਲਨ ਚੱਲ ਰਿਹਾ ਉਹਦੀ ਪੂਰੀ ਮਿਹਨਤ ਕਰਦੇ ਹਾਂ ਅਤੇ ਅਸੀਂ ਆਪਣੇ ਵੱਲੋਂ ਵੀ ਜਿਹੜਾ ਵਾ ਪੂਰਾ ਜਿਹੜਾ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ ਪਿੰਡ ਪਿੰਡ ਤੱਕ ਪਹੁੰਚਾਵਾਂਗੇ ਕਿਸਾਨਾਂ ਨੂੰ ਕਹਾਂਗੇ ਕੋਈ ਫਰਦ ਨਾ ਦਿੱਤੀ ਜਾਵੇ ਅਤੇ ਜਿਹੜੀਆਂ ਪਿਛਲੀਆਂ ਸ਼ਰਤਾਂ ਦੇ ਉੱਤੇ ਜਿਹੜੀ ਆ ਉਹ ਕਣਕ ਜਿਹੜੀ ਆ ਉਹ ਵਿਕਾਈ ਜਾਵੇਗੀ ਅਤੇ ਅਸੀਂ ਮੰਗ ਵੀ ਕਰਦੇ ਹਾਂ ਕਿ ਕੇਂਦਰ ਸਰਕਾਰ ਜਿਹੜਾ ਨਵੀਆਂ ਸ਼ਰਤਾਂ ਦਾ ਕੀਤਾ ਨੋਟੀਫਿਕੇਸ਼ਨ ਆ ਉਹ ਤੁਰੰਤ ਰੱਦ ਕਰੇ ਅਤੇ ਪਹਿਲਾਂ ਦੀ ਤਰ੍ਹਾਂ ਜਿਹੜੀ ਕਣਕ ਦੀ ਖਰੀਦ ਝੋਨੇ ਦੀ ਖਰੀਦ ਉਹ ਕੀਤੀ ਜਾਵੇ ਅਤੇ 23 ਫਸਲਾਂ ਦੀ ਖਰੀਦ ਦੀ ਗਰੰਟੀ ਜਿਹੜਾ ਕਾਨੂੰਨ ਬਣਾ ਕੇ ਸਾਰੀਆਂ ਫਸਲਾਂ MSP 'ਤੇ ਖਰੀਦੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ